ਟਰੰਪ ਹਲਫ ਚੁੱਕਲਾ ਫਿਰ ਗਲੀ ਦਾ ਕੂੜਾ ਵੀ ਚੁੱਕਣਾ ਹੀ। ਚੱਲ ਇੱਕ ਹੱਥ ਕਿਤਾਬ ਤੇ ਰੱਖ ਤੇ ਦੂਜਾ ਭਾਵੇਂ ਆਪਣੇ ਮੂੰਹ ਤੇ ਰੱਖ ਤੇ ਹੁਣ ਮੇਰੇ ਨਾਲ ਨਾਲ ਕਹਿ ਕੇ ਮੈਂ ਡੋਨਲਡ ਟਰੰਪ ਕਸਮ ਖਾਨਾ। ਤੇਰੀ ਦੁਆ ਨਾਲ ਕਸਮ ਤੋਂ ਇਲਾਵਾ ਸਭ ਕੁਛ ਖਾਨਾ। ਜੋ ਕੁਛ ਕਵਾਂਗਾ ਸੱਚ ਕਵਾਂਗਾ। ਮੈਂ ਹਲਫ ਚੁੱਕਣ ਆਇਆ ਕਿ ਤਰੀਖ ਭੁਗਤਣ ਆਇਆ। ਮੈਂ ਅਮਰੀਕਾ ਦਾ 45ਵਾਂ ਸਦਰ ਹਾਂ। ਹਾਂਜੀ 45ਵਾਂ ਸਦਰ ਹਾਂ ਤੇ ਪਹਿਲੀ ਚਵਲ ਹਾਂ। ਮੁਲਕ ਵਾਸਤੇ ਜਾਨ ਵੀ ਦੇ ਦਿਆਂਗਾ। ਜਾਨ ਦਾ ਸਦਕਾ ਦੋ ਟਿੱਕੀਆਂ ਇੱਕ ਨਾਨ ਦੇ ਦਿਆਂਗਾ। ਸਾਰੇ ਫੈਸਲੇ ਆਵਾਮ ਨੂੰ ਵੇਖ ਕੇ ਕਰਾਂਗਾ। ਸਾਰੇ ਫੈਸਲੇ ਆਵਾਮ ਨੂੰ ਗੋਡੇ ਥੱਲੇ ਦੇ ਕੇ ਕਰਾਂਗਾ। ਮੁਖਾਲਫਾਂ ਨੂੰ ਗਲੇ ਲਾਵਾਂਗਾ। ਪਹਿਲਾਂ ਛੋਡੇ ਲਾਵਾਂਗਾ ਫਿਰ ਧੋਣਾ ਲਾਵਾਂਗਾ। ਨਜਾਇਜ਼ ਕੰਮ ਨਹੀਂ ਕਰਾਂਗਾ। ਇਹਦਾ ਮਤਲਬ ਫਿਰ ਕੋਈ ਕੰਮ ਨਹੀਂ ਕਰਾਂਗਾ। ਰੋਟੀ ਪਲਿਓਂ ਖਾਵਾਂਗਾ। ਤੇ ਅੱਗੇ ਕੀ ਮੈਂ ਤੁਹਾਡੇ ਘਰੋਂ ਖਾਂਦਾ ਸੀ। ਹੋ ਗਿਆ ਹਲਫਾ। ਹੋ ਗਿਆ ਹਲਫਾ। ਕੋਈ ਹੋ ਗਿਆ ਦਾ ਮਤਲਬ ਖਤਮ ਹੋ ਗਿਆ। ਵੈਸੇ ਇਹੋ ਜਿਹਾ ਹਲਫ ਚੁੱਕਣ ਵਾਲੋ ਚੰਗਾ ਸੀ, ਮੈਂ ਘਰੋਂ ਮੰਮੀ ਦੇ ਪੈਸੇ ਚੁੱਕ ਲੈਂਦਾ। ਤੇਜ਼ਾਬੀ ਟੋਟੇ।